ਕਹਿੰਦੇ ਸੱਸ ਨੂੰ ਦਾ ਇੱਕ ਰਿਸ਼ਤਾ ਇੱਦਾਂ ਦਾ ਰਿਸ਼ਤਾ ਵੀ ਨਾਲ ਤਾਂ ਭਰਜਾਈ ਵੀ ਬਣਦੀ ਹੈ, ਸੱਸ ਨੂੰ ਵੀ ਘੱਟੇ ਬਣਦੀ ਹੁੰਦੀ ਹੈ। ਇੱਕ ਵਾਰ ਦੀ ਗੱਲ ਹੈ, ਇੱਕ ਸੱਸ ਅਤੇ ਨੂੰਹ ਦੇ ਰਿਸ਼ਤੇ ਦੇ ਵਿੱਚ ਤਕਰਾਰ ਜੀ ਪੈਦਾ ਹੋ ਜਾਂਦੀ ਹੈ। ਹੁਣ ਖੇਤੋਂ ਥੱਕਿਆ ਹਾਰਿਆ ਘਰ ਵਾਲਾ ਆਉਂਦਾ ਹੈ, ਹੌਲੀ ਹੌਲੀ ਥੱਕਿਆ ਹਾਰਿਆ ਆਉਂਦਾ ਤਾਂ ਘਰੇ ਆ ਕੇ ਪੁੱਛਦਾ, ਕਹਿੰਦਾ ਬੇਬੇ ਜੀ ਕੀ ਹੋ ਗਿਆ, ਤੁਸੀਂ ਰੁੱਸੇ ਬੈਠੇ। ਉਹ ਕਹਿੰਦੀ ਆਪਦੀ ਬਹੂ ਨੂੰ ਪੁੱਛਣਾ। ਉਹ ਵਿਚਾਰਾ ਘਰ ਵਾਲੀ ਕੋਲ ਜਾਂਦਾ, ਉਹਨੂੰ ਕਹਿੰਦਾ ਕੀ ਹੋਇਆ, ਲੈਣ ਦੌਰ ਕੋਈ ਆਪਦੀ ਮਾਂ ਨੂੰ ਪੁੱਛਣਾ। ਉਹ ਗਰੀਬਦਾਰੀ ਦੇ ਚੱਕਰ 'ਚ ਵਿਹੜੇ 'ਚ ਲਾਟੂ ਉਹਨੂੰ ਘੰਟਾ ਹੋਈ ਜਾਂਦਾ। ਹੁਣ ਆਖਿਰ ਘਰ ਵਾਲੀ ਨੂੰ ਪੁੱਛਦਾ ਕੀ ਕਹਿੰਦਾ, ਉਹ ਲਾਣੇਦਾਰ ਨਹੀਂ ਹੈ, ਮੈਨੂੰ ਗੁੱਸਾ ਚੜਿਆ ਪਿਆ ਇੱਧਰ ਆਇਆ। ਹਾਂਜੀ, ਆ ਕੀ ਹੋਇਆ, ਬੇਬੇ ਰੁੱਸੀ ਬੈਠੀ ਆ ਮੰਜੇ ਤੇ, ਜੋ ਆਵੇ ਨਾ ਤੂੰ ਜ਼ਿਆਦਾ ਆ ਸਕਦੀ ਹੈ, ਬੇਬੇ ਨਹੀਂ ਆ ਸਕਦੀ। ਬੇਬੇ ਪਤਾ ਕਿਉਂ ਰੁੱਸੀ ਬੈਠੀ ਆ? ਬੇਬੇ ਕਹਿੰਦੀ ਮੈਂ ਮੇਲੇ ਤੇ ਜਾਣਾ। ਮੈਂ ਕਿਹਾ ਪਹਿਲਾਂ ਮੈਂ ਮੇਲੇ ਤੇ ਜਾਊਂਗੀ, ਇਸ ਤਰ੍ਹਾਂ ਤੇ 3-5 ਹੋ ਗਏ। ਗੱਲ ਨਹੀਂ ਪਾਲ ਨਹੀਂ, ਸੱਚ ਸੱਚ ਦੱਸ ਗੱਲ ਕੀ ਹੋਈ, ਖੋਲ ਕੇ ਦੱਸ। ਦੱਸਦਾ ਗੁਰੂ ਜੀ ਦੱਸਦਾ। ਆ ਚਿਮਟੇ ਵੱਲ ਦੇਖ ਕੇ ਦੱਸੀ, ਚਿਮਟਾ ਚਿਮਟਾ ਰੱਖ ਦੋ। ਇੱਕ ਨਕੋਦਰ ਕੋਲ ਚੱਕ ਪਿੰਡ ਬਾਬਾ ਚਿਮਟੇ ਨਾਲ ਭੂਤ ਵੀ ਕੱਢ ਲਓ, ਤਾਂ ਦੇਖਿਆ ਕਿਤੇ। ਹਾਂ ਬਸ ਕੀ ਗੱਲ ਹੋਈ ਜੀ, ਦੇਖ ਕੇ ਦੱਸਦਾ। ਭਾਂਡੇ ਮਾਂਜਣਾ ਸਾਂਝੇ ਦੇ ਕੰਮ ਕਰਦਾ, ਲਾਈਟ ਵੀ ਭੱਜ ਜਾਂਦੀ। ਮੇਰੇ ਮੂੰਹ ਤੇ ਚੱਪ ਲਾ ਕੇ ਹਾਂ, ਚੱਪ ਕੱਢ ਦੂੰ, ਚੱਪ ਕੱਢੇ ਨਾ ਮੇਰੇ ਮੂੰਹ ਤੇ ਚੱਪ ਲਾ ਕੇ।
ਬਹੁਤ ਸਰਕਾਰ ਤੋਂ ਹਾਈਕੋਰਟ ਸਾਹਿਬ ਤੋਂ 50 ਪੁਲਿਸ ਦੇ ਮੁਲਾਜ਼ਮਾਂ ਵੱਲੋਂ ਸਪੈਸ਼ਲ ਡੇਟ ਸਭੀ ਹਮਾਰਾ ਹੈ ਹੋਰ ਸਮੂਹ ਪਰ ਆਪਣੇ ਨੌਜਵਾਨ ਮੈਂਬਰਾਂ ਵੱਲੋਂ ਅਤੇ ਸਾਡੇ ਯੂਥ ਮੈਂਬਰਾਂ ਵੱਲੋਂ ਬਹੁਤ ਸਾਰੇ ਮਾਣਾ ਜਾਂਦਾ ਜੋ ਸ਼ੁਕਰੀਆ ਮਾਤਾ ਵਿੱਚ ਵੀ ਕਰਦਾ ਹੈ ਤੇਰੀ ਮਾਤਾ ਤੇ ਹਾਰੇ ਤਾਲੇ ਆਵੇ ਤੇਰੀ ਮਾਤਾ ਤੇ ਹਾਰੇ ਤਾਲੇ ਆਵੇ